ਅਸਲਾਮ ਅਲੈਕੁਮ ਜੀ, ਮੈਂ ਤੁਹਾਡਾ ਆਪਣਾ ਹੋਸਟ ਬਾਬਾ ਜੀ, ਸੇਵ ਹਿਸਟੋਰੀਕਲ ਪਲੇਸਿਸ ਆਫ ਪਾਕਿਸਤਾਨ, ਸੇਵ ਗੁਰਦੁਆਰਾਜ਼ ਐਂਡ ਟੈਂਪਲਸ ਆਫ ਪਾਕਿਸਤਾਨ, ਪੰਜਾਬ ਪੇਜ, ਸਿੱਖ ਪੀਰੀਅਡ ਫੁੱਟਸਟੈਪਸ ਇਨ ਪਾਕਿਸਤਾਨ, ਹੈਰੀਟੇਜ ਆਫ ਪਾਕਿਸਤਾਨ, ਪਿਸ਼ਾਵਰੀ ਸਿੰਘ, ਤਮਾਮ ਪੇਜਿਸ ਦੇ ਨਾਲ ਮੈਂ ਤੁਹਾਡਾ ਆਪਣਾ ਹੋਸਟ ਬਾਬਾ ਜੀ, ਖੋਰੇ ਸੱਚ ਸੰਤਾਲੀ ਦੇਵੀ। ਮੈਂ ਅੱਜ ਤੁਹਾਨੂੰ ਲੈ ਕੇ ਆਇਆ ਹਾਂ ਕਰਨਾਲੀ, ਬੜੀ ਡਿਫਰੈਂਟ ਜੀ ਜਗ੍ਹਾ ਹੈ, ਇਹ ਸੁੱਖੋ ਤੋਂ ਨਜ਼ਦੀਕ ਪੈਂਦੀ ਹੈ ਔਰ ਤਹਿਸੀਲ ਗੁਜਰ ਖਾਨ ਦੇ ਅੰਦਰ ਆਉਂਦੀ ਹੈ, ਡਿਸਟ੍ਰਿਕਟ ਇਸਦਾ ਰਾਵਲਪਿੰਡੀ ਹੈ। ਇਹ ਸਾਹਮਣੇ ਨਜ਼ਰ ਆਉਣ ਵਾਲੀ ਜਿਹੜੀ ਜਗ੍ਹਾ ਹੈ ਇਹ ਸਮਾਧ ਹੈ, ਦਾਸੀ ਪੰਥ ਦੇ ਬਾਬਾ ਜੀ ਬੜੇ ਮਸ਼ਹੂਰ ਬਾਬੇ ਸਨ, ਦਾਸੀ ਪੰਥ ਦੇ ਬਾਬਾ ਮੋਹਨ ਦਾਸ ਜੀ, ਇਹ ਬਾਬਾ ਮੋਹਨ ਦਾਸ ਦੀ ਸਮਾਧ ਹੈ। ਜਿਸ ਤਰ੍ਹਾਂ ਦੋ ਪੰਥ ਗੁਜ਼ਰੇ ਨੇ ਸਿੱਖੀ ਦੇ ਵਿੱਚ, ਨਾਥ ਪੰਥ ਹੈ ਔਰ ਦਾਸ ਪੰਥ ਹੈ। ਇਹ ਉਦਾਸੀ ਪੰਥ ਦੇ ਜਿਹੜੇ ਬਾਬਾ ਸਨ ਮੋਹਨ ਦਾਸ, ਇਹ ਉਹਨਾਂ ਦੀ ਸਮਾਧ ਹੈ ਔਰ ਇਹ ਬਹੁਤ ਪੁਰਾਣੀ ਬਣੀ ਹੋਈ ਹੈ। ਟਾਈਮ ਤਾਂ ਮੈਨੂੰ ਇਹਦਾ ਐਗਜੈਕਟ ਨਹੀਂ ਪਤਾ, ਲੇਕਿਨ ਇੰਨਾ ਪਤਾ ਕਿ ਵੀ ਹੈ 1830 ਦੇ ਵਿੱਚ ਇਹਦੇ ਉੱਤੇ ਜਿਹੜੀ ਹੈ ਜਿਹੜਾ ਕੰਮ ਨਜ਼ਰ ਆ ਰਿਹਾ ਉੱਤੇ ਹੋਇਆ ਹੋਇਆ ਕਲਰਫੁੱਲ ਪੇਂਟਿੰਗ ਹੋਰ ਇਹਨੂੰ ਜਿਹੜਾ ਕੱਚੂਨਾ ਗਰੀਏ ਦੇ ਉੱਤੇ ਕੀਤੀ ਗਈ, ਇਹ 1800 ਅਤੇ 20 ਜਾਂ 30 ਦੇ ਦਰਮਿਆਨ ਕੀਤੀ ਗਈ, ਜਦੋਂ ਮਹਾਰਾਜਾ ਰਣਜੀਤ ਸਿੰਘ ਜਦੋਂ ਇੱਥੋਂ ਗੁਜ਼ਰਿਆ ਤਾਂ ਉਹਨੇ ਇਹਦੇ ਉੱਤੇ ਕੰਮ ਕਰਵਾਇਆ, ਕਿਉਂਕਿ ਇਹਦੇ ਅੰਦਰ ਲੱਗਾ ਪੋਰਸਟੋਨ ਔਰ ਪੋਰਸਟੋਨ ਜਿਹੜਾ ਬਹੁਤ ਪੁਰਾਣਾ ਹੈ। ਐਂਡ ਸਮਝ ਲਓ ਤੁਸੀਂ ਕਿ ਪੋਰਸਟੋਨ ਤਾਂ 1000 ਤੋਂ ਵੀ ਪਹਿਲੇ, ਮਤਲਬ ਕਿ AD ਤੋਂ ਪਹਿਲੇ ਵੀ ਯੂਜ਼ ਹੁੰਦਾ ਸੀ ਔਰ ਫਿਰ ਉਸ ਤੋਂ ਬਾਅਦ ਜਦੋਂ ਇੱਟ ਆ ਗਈ ਮੁਗਲਈ ਅਤੇ ਉਸ ਤੋਂ ਬਾਅਦ ਫਿਰ ਇਹਦਾ ਟ੍ਰੈਂਡ ਘੱਟ ਗਿਆ ਸੀ। ਫਿਰ ਉਸ ਤੋਂ ਬਾਅਦ ਅਗਰ ਦੇਖਿਆ ਜਾਏ ਤਾਂ ਇਹਦੇ 'ਚ ਨਜ਼ਰ ਆਉਣੀ ਚਾਹੀਦੀ ਸੀ ਨਾਨਕੀ ਇੱਟ, ਲੇਕਿਨ ਨਾ ਤਾਂ ਨਾਨਕੀ ਨਜ਼ਰ ਆਉਂਦੀ ਇਹਦੇ 'ਚ ਔਰ ਨਾ ਹੀ ਇਹਦੇ 'ਚ ਨਜ਼ਰ ਆਉਂਦੀ ਹੈ ਮੁਗਲਈ, ਲੇਕਿਨ ਤੁਸੀਂ ਗੌਰ ਅਗਰ ਕਰੋ ਉਹਦੇ 'ਤੇ ਤਾਂ ਵਿੱਚ ਤੁਹਾਨੂੰ ਪੋਰਸਟੋਨ ਦਾ ਜਿਹੜਾ ਵਰਕ ਹੈ ਸਭ ਤੋਂ ਜ਼ਿਆਦਾ ਨਜ਼ਰ ਆਉਂਦਾ ਔਰ ਛੱਤ ਦੇ 'ਚ ਕਿਤੇ ਕਿਤੇ ਜਿਹੜਾ ਉਹ ਜਿਹੜੀ ਹੈ ਨਾਨਕੀ ਔਰ ਕਿਤੇ ਕਿਤੇ ਜਿਹੜੀ ਹੈ ਉਹ ਤੁਹਾਨੂੰ ਨਜ਼ਰ ਆਏਗੀ ਮੁਗਲਈ, ਔਰ ਤਮਾਮ ਛੱਤਾਂ ਜਿਹੜੀਆਂ ਨੇ ਡਾਟ ਦੀਆਂ ਬਣੀਆਂ ਹੋਈਆਂ ਨੇ। ਇਹਦੇ 1, 2 ਔਰ ਤੀਸਰੇ ਫਲੋਰ ਦੇ ਉੱਤੇ ਗੁੰਬਦ ਹੈ, 3 ਫਲੋਰ ਟੋਟਲੀ ਇਹਦੇ ਬਣੇ ਨੇ ਲੇਕਿਨ ਫਲੋਰ ਛੋਟੇ ਨੇ। ਇਹਦੇ ਨਾਲ ਇੱਕ ਸਰੋਵਰ ਵੀ ਹੈ, ਉਹ ਵੀ ਦਿਖਾਉਣਾ ਮੈਂ। ਇਹ ਦੇਖੋ ਤੁਸੀਂ ਬਾਬਾ ਮੋਹਨ ਦਾਸ ਦੀ ਸਮਾਧ ਜਿਹੜੀ ਹੈ, ਇਹਦੇ 'ਤੇ ਰੈਨੋਵੇਸ਼ਨ ਦਾ ਕੰਮ ਜਿਹੜਾ ਸੀ ਮਹਾਰਾਜਾ ਰਣਜੀਤ ਸਿੰਘ ਨੇ ਕਰਵਾਇਆ ਔਰ ਉਸ ਤੋਂ ਬਾਅਦ ਇੱਕ ਮੁਰੰਮਤ ਹੁੰਦੀ ਰਹੀ ਟਾਈਮ ਬਾਈ ਟਾਈਮ, ਲੇਕਿਨ ਬਹੁਤ ਘੱਟ। ਇਹ ਸਮਾਧੀ ਦਾ ਨਿਸ਼ਾਨ ਹੈ ਔਰ ਇੱਕ ਟਾਈਮ ਤੱਕ ਇੱਥੇ ਮੁਸਲਮਾਨ ਵੀ ਜਿਹੜੇ ਆਉਂਦੇ ਰਹੇ ਔਰ ਇਹਨੂੰ ਦਰਬਾਰ ਕਿਹਾ ਜਾਂਦਾ ਸੀ, ਲੇਕਿਨ ਬਸ ਕੁਛ ਸਮੇਂ ਤੋਂ ਬਾਹਰ ਹੈ ਕਿ ਟਾਈਮ ਗੁਜ਼ਰਨ ਦੇ ਨਾਲ ਨਾਲ ਚੀਜ਼ਾਂ ਜਿਹੜੀਆਂ ਨੇ ਚੇਂਜ ਹੁੰਦੀਆਂ ਜਾ ਰਹੀਆਂ ਨੇ। ਸਮਾਧ ਬਾਬਾ ਮੋਹਨਦਾਸ ਜੀ, ਇਹ ਉੱਤੋਂ ਜਿਹੜੀ ਬਿਲਡਿੰਗ ਕੋਲੈਪਸ ਹੋਈ ਹੈ ਇਹ ਸਾਰੀ ਪਈ ਹੋਈ ਹੈ। ਫਸਟ ਫਲੋਰ ਹੈ, ਸੈਕਿੰਡ ਫਲੋਰ ਔਰ ਉੱਤੇ ਨਾਨਕੀ ਇੱਟ ਦੀ ਜਿਹੜੀ ਹੈ ਉਹ ਛੱਤ ਹੈ, ਲੇਕਿਨ ਇਹ ਦੇਖੋ ਜ਼ਿਆਦਾ ਜਿਹੜਾ ਪੋਰਸਟੋਨ ਹੈ ਔਰ ਪੋਰਸਟੋਨ ਬਹੁਤ ਬਹੁਤ ਪੁਰਾਣਾ ਪੱਥਰ ਹੈ। ਹਿੰਦੂ ਸ਼ਾਹੀ ਦੇ ਦੌਰ ਦੇ ਜਿਹੜੇ ਮੰਦਰ ਜਾਂ ਚੀਜ਼ਾਂ ਬਣੀਆਂ ਸੀ ਉਹਨਾਂ ਦੇ ਉੱਤੇ ਇਹ ਕੁਛ ਹਿੱਸਾ ਜਿਹੜਾ ਕਦਰੇ ਬਿਹਤਰ ਸੀ, ਲੇਕਿਨ ਉਹ ਵੀ ਹੁਣ ਗਿਰ ਚੁੱਕਿਆ। ਇਹ ਦੇਖੋ ਇਹ ਛੱਤ ਸੀ, ਇਹ ਵੀ ਗਿਰ ਗਈ ਹੈ। ਸਮਾਧੀ ਬਾਬਾ ਮੋਹਨ ਦਾਸ ਜੀ, ਡਿਊਰਿੰਗ ਸਿੱਖ ਰਾਜ ਜਿਹੜੀ ਸੀ ਇਹਦੀ ਮੇਨਟੇਨੈਂਸ ਹੋਈ ਸੀ, ਇਹਨੂੰ ਪ੍ਰੋਪਰ ਤਰੀਕੇ ਨੂੰ ਬਣਾਇਆ ਗਿਆ ਸੀ, ਪਹਿਲੇ ਸਿਰਫ ਸਟਰਕਚਰ ਸੀ ਇਹਦਾ। ਮੈਂ ਤੁਹਾਡਾ ਆਪਣਾ ਹੋਸਟ ਬਾਬਾ ਜੀ,
ਸੇ ਹਿਸਟੋਰੀਕਲ ਪਲੇਸਿਸ ਔਫ ਪਾਕਿਸਤਾਨ ਸਿੱਖ ਪੀਰੀਅਡ ਫੁੱਟ ਸਟੈਪਸ ਇਨ ਪਾਕਿਸਤਾਨ ਦੀ ਹੈਰੀਟੇਜ ਔਫ ਪਾਕਿਸਤਾਨ ਔਰ ਤੁਸੀਂ ਦੇਖ ਰਹੇ ਹੋ ਸਮਾਧੀ ਬਾਬਾ ਮੋਹਨਦਾਸ ਜੀ ਇਹ ਬਿਲਕੁਲ ਵਿਲੇਜ ਕਰਨਾਲੀ ਦੇ ਨਾਲ ਹੈ ਸੁਖੋ ਤੋਂ ਹਾਰਡਲੀ 2-1 ਕਿਲੋਮੀਟਰ ਹੈ ਬਹੁਤ ਪੀਸਫੁਲ ਜਗ੍ਹਾ ਹੈ ਇੱਥੇ ਸਨ 71 ਤੱਕ ਜਾਂ 70 ਤੱਕ ਮੇਰਾ ਖਿਆਲ ਹੈ ਕਹਿੰਦੇ ਨੇ ਕਿ ਬਹੁਤ ਵੱਡਾ ਵਿਸਾਖੀ ਦਾ ਮੇਲਾ ਜੁੜਦਾ ਸੀ ਤਮਾਮ ਸੰਗਤਾਂ ਇੱਥੇ ਇਕੱਠੀਆਂ ਹੁੰਦੀਆਂ ਸਨ ਬਹੁਤ ਪੁਰਾਣੇ ਬੋਰਡ ਕਿਹਾ ਜਾਂਦਾ ਹੈ ਕਿ ਇਹਨਾਂ ਬੋਰਡਾਂ ਥੱਲੇ ਆ ਕੇ ਬਾਬਾ ਜੀ ਨੇ ਡੇਰਾ ਲਾਇਆ ਸੀ ਇਹ ਬੋਰਡ ਦੇਖ ਕੇ ਮੈਨੂੰ ਬੜਾ ਕੁਛ ਯਾਦ ਆਉਂਦਾ ਅੱਗੇ ਮੈਂ ਜ਼ਰੂਰਤ ਤੋਂ ਜ਼ਿਆਦਾ ਸ਼ਾਇਦ ਆਪਣੇ ਐਕਸਪ੍ਰੈਸ਼ਨਸ ਜਿਹੜੇ ਨੇ ਮੈਂ ਜ਼ਾਹਿਰ ਕੀਤੇ ਇਹਨਾਂ ਪੁਰਾਣੇ ਦਰੱਖਤਾਂ ਦੇ ਬਾਰੇ ਅਤੇ ਕੁਝ ਲੋਕ ਜਿਹੜੇ ਨੇ ਮੇਰੇ ਨਾਲ ਨਾਰਾਜ਼ ਵੀ ਹੋਏ ਬਹੁਤ ਬੁਰੀ ਹਾਲਤ ਹੈ ਬਸ ਡਿੱਗਣ ਹੀ ਵਾਲੀ ਹੈ ਸਮਾਧ ਅਗਰ ਹੋਰ ਕੁਛ ਦੇਰ ਤੱਕ ਇਹਦੀ ਮੁਰੰਮਤ ਨਾ ਹੋਈ ਤਾਂ ਸਮਾਧ ਜਿਹੜੀ ਹੈ ਗਿਰ ਜਾਏਗੀ ਇਨਸਾਨ ਘੱਟ ਆਉਂਦੇ ਨੇ ਪਰ ਜਾਨਵਰ ਇੱਥੇ ਅੱਜ ਵੀ ਜਾ ਕੇ ਸਕੂਨ ਕਰਦੇ ਨੇ ਇਸ ਜਗ੍ਹਾ ਦੇ ਉੱਤੇ ਚਰਿੰਦ ਪਰਿੰਦ ਇਹ ਦੇਖੋ ਇਹ ਕਮ ਅਜ਼ ਕਮ 300 ਸਾਲ ਪੁਰਾਣੇ ਜਿਹੜੇ ਨੇ ਕਮ ਅਜ਼ ਕਮ 300 ਸਾਲ ਪੁਰਾਣੇ ਬੈਨੀਅਨਸ ਨੇ ਇਹ ਸੀੜੀਆਂ ਸਨ ਥੱਲੇ ਉਤਰਨ ਵਾਸਤੇ ਇਸ਼ਨਾਨ ਵਾਸਤੇ ਇੱਥੇ ਵਿਸਾਖੀ ਨਾਈ ਜਾਂਦੀ ਸੀ ਹੁਣ ਤਾਂ ਸਿਰਫ ਨਿਸ਼ਾਨ ਹੀ ਰਹਿ ਗਏ ਨੇ ਪੱਥਰ ਪੱਟ ਲਏ ਗਏ ਔਰ ਸਿਰਫ ਰਹਿ ਗਈ ਕੁਝ ਦੀਵਾਰਾਂ ਇਹ ਦੇਖੋ ਦੋ ਇੱਕ ਰਸਤਾ ਉੱਧਰੋਂ ਸੀ ਇੱਕ ਰਸਤਾ ਇੱਥੋਂ ਸੀ ਇਹ ਵੀ ਖਤਮ ਹੋ ਗਿਆ ਸਮੇਂ ਦੇ ਨਾਲ ਤੁਸੀਂ ਦੇਖ ਰਹੇ ਹੋ ਸਮਾਧੀ ਬਾਬਾ ਮੋਹਨਦਾਸ ਜੀ ਉਦਾਸੀ ਪੰਥ ਦੇ ਵੱਡੇ ਬਜ਼ੁਰਗ ਗੁਜ਼ਰੇ ਨੇ ਬੜੇ ਪਿਆਰੇ ਪਿਆਰੇ ਜੀਵ ਨਜ਼ਰ ਆਉਂਦੇ ਨੇ ਇੱਥੇ ਇਹ ਖਿੱਤਾ ਪਠਵਾਰ ਦਾ ਬੜਾ ਖੂਬਸੂਰਤ ਪਰਿੰਦਾ ਜਿਹਨੂੰ ਕਿ ਲਮਦੁੰਬਾ ਕਿਹਾ ਜਾਂਦਾ ਮੇਰੇ ਸਫ਼ਰ ਚੱਜ ਨੇ ਮਿਰਜ਼ਾ ਸਾਹਿਬ ਮੇਰੇ ਨਾਲ ਜਿੱਥੇ ਵੀ ਬੋਰਡ ਹੁੰਦਾ ਉੱਥੇ ਮਿਰਜ਼ਾ ਸਾਹਿਬ ਜਿਹੜੇ ਨੇ ਮੇਰੇ ਨਾਲ ਹੁੰਦੇ ਨੇ ਬੜਿਆਂ ਲੋਕਾਂ ਦੀਆਂ ਰੂਟਸ ਨੇ ਔਰ ਇਹ ਜਿਹੜਾ ਨੇ ਮਿਰਜ਼ਾ ਸਾਹਿਬ ਅਸਲਾਮ ਅਲੈਕੁਮ ਮੈਂ ਲਮਦੁੰਬਾ ਬੋਲਦਾ ਪਿਆ ਹਾਂਜੀ ਅੱਛਾ 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 ਉਹ ਉੜ ਕੇ ਬੈਠ ਗਿਆ ਹਾਂ ਬਸ ਬੋਲਦੀ ਨਹੀਂ ਪਈ ਨਾ ਅਸਲ ਵਿੱਚ ਡਰ ਗਏ ਨੇ ਪਤਾ ਨਹੀਂ ਕਿਉਂ ਸਾਨੂੰ ਦੇਖ ਕੇ ਇੱਥੇ ਹੁਣੇ ਮੈਂ ਜਿਹੜਾ ਬੇੜੀਆ ਵੀ ਦੇਖਿਆ ਜਾਂ ਵਾਈਲਡ ਡੋਗ ਸੀ ਅਤੇ ਮਿਰਜ਼ਾ ਸਾਹਿਬ ਮੈਂ ਥੋੜ੍ਹਾ ਦਿਨ ਬੈਠਣਾ ਚਾਹਵਾਂਗਾ ਮੈਂ ਗਲੇ ਮਿਲਣਾ ਚਾਹਵਾਂਗਾ ਜੀ ਜੀ ਜ਼ਰੂਰ ਮਿਲੋ ਗਲੇ ਗਲੇ ਮਿਲੋ ਜਨਾਬ ਬੋਰਡ ਨੂੰ ਬਾਬਾ ਜੀ ਦੇ ਬੋਰਡ ਨੂੰ ਪਹਿਲੇ ਮੈਂ ਗਲੇ ਮਿਲ ਲਵਾਂ ਉਸ ਤੋਂ ਬਾਅਦ ਜਿਹੜਾ ਅਤੇ ਇਹ ਲਓ ਜੀ ਚੱਲ ਬਸ ਵਕਤ ਕਿੱਡੀ ਤੇਜ਼ੀ ਨਾਲ ਗੁਜ਼ਰ ਜਾਂਦਾ ਹੈ ਇਨਸਾਨ ਦੇਖਦਾ ਰਹਿ ਜਾਂਦਾ ਸਭ ਕੁਛ ਬਿਖਰ ਜਾਂਦਾ ਅਤੇ ਮੈਂ ਤੁਹਾਨੂੰ ਅੱਜ ਲੈ ਕੇ ਆਇਆ ਵਾਂ ਸਮਾਧੀ ਬਾਬਾ ਮੋਹਨਦਾਸ ਦੇ ਦਾਸੀ ਪੰਥ ਦੇ ਬਾਬਾ ਨੇ
ਦੋ ਪੰਥ ਹੋਏ ਨੇ ਸਿੱਖਾਂ ਦੇ ਵਿੱਚ, ਇੱਕ ਉਦਾਸੀ ਔਰ ਦੂਸਰਾ ਨਾਥ ਪੰਥ ਜਿਹੜੇ ਨੇ, ਇਹਨਾਂ ਨੇ ਜ਼ਿਆਦਾ ਜਿਹੜਾ ਇੱਥੇ ਨਿਸ਼ਾਨਾਂ ਜਿਹੜੇ ਨੇ ਪੋਠੋਹਾਰ ਦੇ ਵਿੱਚ ਮਿਲਦੇ ਨੇ, ਔਰ ਛੇਵੀਂ ਪਾਤਸ਼ਾਹੀ ਦੇ ਕਾਫੀ ਨਿਸ਼ਾਨਾਂ ਨੇ ਇੱਥੇ ਲਾਗੇ ਲਾਗੇ। ਮੈਨੂੰ ਬੜੀ ਖੁਸ਼ੀ ਹੁੰਦੀ ਹੈ ਜਦੋਂ ਮੈਂ ਕੋਈ ਐਸੀ ਜਗ੍ਹਾ 'ਤੇ ਪਹੁੰਚਣਾ ਵਾਂ ਕਿ ਜਿਹੜੀ ਨਿਗਲੈਕਟਿਡ ਹੁੰਦੀ ਹੈ, ਹਾਈਲਾਈਟ ਕਰਾਂ। ਮੇਰੀ ਤਮਾਮ ਸੰਗਤ ਕੋਲੋਂ ਬੇਨਤੀ ਹੈ, ਸਭ ਨੂੰ ਪੁਰਜ਼ੋਰ ਅਪੀਲ ਹੈ ਕਿ ਬਾਬਾ ਮੋਹਨਦਾਸ ਜੀ ਦੀ ਸਮਾਧ ਜਿਹੜੀ ਹੈ ਬਿਲਕੁਲ ਨੀਅਰ ਟੂ ਡਿਸਟਰੋਏ ਹੈ, ਇਹ ਖਤਮ ਹੋਣ ਵਾਲੀ ਹੈ। ਤਮਾਮ ਸੰਗਤਾਂ ਸੰਗਤਾਂ ਨੂੰ ਮੈਨੂੰ ਮੇਰੀ ਰਿਕੁਐਸਟ ਹੈ ਕਿ ਸਭ ਤੋਂ ਪਹਿਲੇ ਇਸ ਸਮਾਧ ਦਾ ਕੁਛ ਕੀਤਾ ਜਾਏ, ਵਰਨਾ ਨੈਕਸਟ ਈਅਰ ਇਸ ਸਮਾਧ ਜਿੰਨੀ ਕੁ ਤੁਹਾਨੂੰ ਨਜ਼ਰ ਆ ਰਹੀ ਹੈ ਇਹ ਨਜ਼ਰ ਨਹੀਂ ਆਏਗੀ। ਕਿਉਂਕਿ ਫਸਟ ਟਾਈਮ ਜਦੋਂ ਮੈਂ ਆਇਆ ਸੀ ਤਾਂ ਉਸ ਵੇਲੇ ਇਹਦੀ ਹਾਲਤ ਜਿਹੜੀ ਸੀ ਕੁਝ ਬਿਹਤਰ ਸੀ, ਦੂਸਰੀ ਵਾਰ ਆਇਆ ਤਾਂ ਉਨੀ ਖਰਾਬ ਹੋਈ, ਹੁਣ ਤੀਸਰੀ ਵਾਰ ਆਇਆ ਵਾਂ ਅਤੇ ਇਹ ਤਾਂ ਬਿਲਕੁਲ ਹੁਣ ਡਿੱਗਣ ਦੇ ਨਜ਼ਦੀਕ ਹੈ। ਮੇਰਾ ਕੋਈ ਜ਼ੋਰ ਨਹੀਂ, ਨਾ ਹੀ ਮੇਰੇ ਇੰਨੇ ਸੋਰਸਿਸ ਨੇ ਕਿ ਮੈਂ ਇਹਨਾਂ ਜਗ੍ਹਾ ਨੂੰ ਜਿਹੜਾ ਬਚਾ ਸਕਾਂ, ਲੇਕਿਨ ਕੁਝ ਵੀਰਾਂ ਨੇ ਮੈਨੂੰ ਕਿਹਾ ਕਿ ਅਸੀਂ ਐਨ ਜੀ ਓ ਸ਼ੁਰੂ ਕਰ ਰਹੇ ਹਾਂ, ਕੁਝ ਦੋਸਤਾਂ ਨੇ ਕਿਹਾ ਕਿ ਅਸੀਂ ਫੰਡਿੰਗ ਕਰ ਰਹੇ ਹਾਂ। ਦਰਾਹੇ ਕਰਮ ਸਭ ਤੋਂ ਪਹਿਲੇ ਬਾਬਾ ਮੋਹਨਦਾਸ ਜੀ ਦੀ ਇਸ ਸਮਾਧ ਨੂੰ ਜਿਹੜਾ ਇਹ ਇੱਕ ਬਹੁਤ ਇੱਕ ਕੀਮਤੀ ਖਜ਼ਾਨਾ ਹੈ, ਇਸ ਚੀਜ਼ ਨੂੰ ਬਚਾਓ, ਇਸ ਨੂੰ ਰਿਪੇਅਰ ਕਰਾਓ ਔਰ ਇਹਦੀ ਜਿਹੜੀ ਹੈ ਸੰਗਤ ਇਹਦੀ ਬਾਗਦੌੜ ਸੰਭਾਲੇ। ਇਹ ਬਿਲਕੁਲ ਲਾਵਾਰਸ ਪਈ ਹੈ ਔਰ ਜਿਹੜੀ ਚੀਜ਼ ਲਾਵਾਰਸ ਹੋਏ ਤੁਹਾਨੂੰ ਪਤਾ ਉਹਦਾ ਕੋਈ ਵਾਲੀ ਵਾਰਸ ਨਹੀਂ। ਇਸ ਵਾਸਤੇ ਆਏ ਸੰਗਤ ਇਹਨੂੰ ਮੁਰੰਮਤ ਕਰੇ, ਮੁਰੰਮਤ ਕਰਕੇ ਲੋਕਾਂ ਵਾਸਤੇ ਜਿਹੜਾ ਦੁਬਾਰਾ ਖੋਲ੍ਹਿਆ ਜਾਏ ਔਰ ਅਗਰ ਮੇਲੇ ਦਾ ਪ੍ਰਬੰਧ ਕੀਤਾ ਜਾਏ ਤਾਂ ਕਿਆ ਬਾਤ ਹੈ। ਜਿਸ ਤਰ੍ਹਾਂ ਵਿਸਾਖੀ ਜੁੜਦੀ ਸੀ, ਵਿਸਾਖੀ ਜੋੜਿਆਂ ਹੀ ਜੁੜਦੀ ਹੈ ਜੇ ਸੰਗਤਾਂ ਆਉਣ, ਜੇ ਸੰਗਤਾਂ ਤਿਰਾ ਜਾ ਸਕਦੀਆਂ ਨੇ, ਜੇ ਸੰਗਤਾਂ ਨਨਕਾਣੇ ਜਾ ਸਕਦੀਆਂ ਨੇ, ਹਸਨ ਅਬਦਾਲ ਜਾ ਸਕਦੀਆਂ ਨੇ, ਟਿੱਲਾ ਜੋਗੀਆਂ ਜਾ ਸਕਦੀਆਂ ਨੇ, ਤਾਂ ਇਹ ਬੜਾ ਪਵਿੱਤਰ ਸਥਾਨ ਹੈ। ਠੀਕ ਹੈ ਜੀ, ਮੈਂ ਕਿਸੇ ਇੱਕ ਧਰਮ ਨੂੰ ਨਹੀਂ ਕਹਿੰਦਾ, ਮੈਂ ਕਿਸੇ ਇੱਕ ਮਜ਼ਹਬ ਨੂੰ ਨਹੀਂ ਕਹਿੰਦਾ, ਚਾਹੇ ਕੋਈ ਸਿੱਖ ਹੈ, ਚਾਹੇ ਕੋਈ ਹਿੰਦੂ ਹੈ ਜਾਂ ਮੁਸਲਮਾਨ ਹੈ, ਜੇਕਰ ਕੋਈ ਸੈਂਟ ਹੈ ਤਾਂ ਉਹਦੀ ਰਿਸਪੈਕਟ ਕਰਨੀ ਚਾਹੀਦੀ ਹੈ। ਔਰ ਇਹਨਾਂ ਦੇ ਮੁਤਲਕ ਤਾਂ ਇੰਨੀ ਜ਼ਬਰਦਸਤ ਕਿ ਤਿੰਨੋਂ ਮਜ਼ਹਬ ਜਿਹੜੇ ਸਨ ਵੱਡੇ, ਤਿੰਨੋਂ ਮਜ਼ਹਬ ਜਿਹੜੇ ਸਨ ਉਹ ਬਾਬਾ ਮੋਹਨਦਾਸ ਜੀ ਨੂੰ ਮੰਨਦੇ ਸਨ ਔਰ ਬਾਬਾ ਮੋਹਨਦਾਸ ਜੀ ਜਿਹੜੇ ਸਨ ਉਹਨਾਂ ਦਾ ਪ੍ਰਚਾਰ ਜਿਹੜਾ ਸੀ ਉਹ ਪਿਆਰ ਸੀ। ਔਰ ਇੱਕ ਅੱਲਾਹ ਤਾਲਾ ਨੇ ਹਰ ਇਨਸਾਨ ਨੂੰ ਪੈਦਾ ਕੀਤਾ ਔਰ ਇਨਸਾਨ ਜਿਹੜਾ ਉਹ ਇੱਧਰ ਦੇਖਣਾ, ਇੱਕ ਮਿੰਟ ਇੱਧਰ ਦੇਖ, ਇੱਧਰ ਬਸ ਇਹੀ ਰਿਕੁਐਸਟ ਹੈ ਕਿ ਇਸ ਨੂੰ ਜਿਹੜਾ ਜਿੰਨੀ ਜਲਦੀ ਹੋ ਸਕਦਾ ਇਹਨੂੰ ਜਿਹੜਾ ਰਿਪੇਅਰ ਕੀਤਾ ਜਾਏ ਔਰ ਸੰਗਤਾਂ ਦੇ ਉੱਤੇ ਖਿਆਲ ਕਰਨ। ਇਹ ਉਹ ਅਨਮੁੱਲਾ ਖਜ਼ਾਨਾ ਜਿਹੜਾ ਫਿਰ ਦੁਬਾਰਾ ਨਹੀਂ ਮਿਲਣਾ ਔਰ ਫਿਰ ਲੋਕਾਂ ਨੇ ਬੜਾ ਇਤਰਾਜ਼ ਕਰਨਾ ਕਿ ਵੀ ਸਾਨੂੰ ਦੱਸਿਆ ਨਹੀਂ ਸੀ, ਦੇਖਿਆ ਨਹੀਂ ਸੀ, ਮੈਂ ਅੱਜ ਸਾਰੀ ਹਾਲਤ ਮੈਂ ਡਿਸਕ੍ਰਾਈਬ ਕਰ ਦਿੱਤੀ ਹੈ ਤੁਹਾਡੇ ਸਾਹਮਣੇ। ਅੱਗੇ ਹੁਣ ਸੰਗਤਾਂ ਜਾਣਨ ਅਤੇ ਜਿਹੜੀਆਂ ਪ੍ਰਬੰਧਕ ਕਮੇਟੀਆਂ ਨੇ ਉਹ ਜਾਣਨ, ਉਹਨਾਂ ਦਾ ਕੰਮ ਹੈ, ਕਿਉਂਕਿ ਸਾਡਾ ਕੰਮ ਹੈ ਸਿਰਫ ਡਿਸਕਵਰ ਕਰਨਾ। ਮੈਂ ਤੁਹਾਡਾ ਆਪਣਾ ਹੋਸਟ ਬਾਬਾ ਜੀ, ਸੇਫ ਹਿਸਟੋਰੀਕਲ ਪਲੇਸਿਸ ਆਫ ਪਾਕਿਸਤਾਨ, ਸੇਫ ਗੁਰਦੁਆਰਾਜ਼ ਐਂਡ ਟੈਂਪਲਸ ਆਫ ਪਾਕਿਸਤਾਨ, ਪੰਜਾਬ ਪੇਜ ਜੀ ਹੈ ਮੇਰਾ ਪਾਕਿਸਤਾਨ, ਖੋਰੇ ਸੱਚ 47 ਦੇ ਔਰ ਸਿੱਖ ਪੀਰੀਅਡ ਫੁੱਟਸਟੈਪਸ ਇਨ ਪਾਕਿਸਤਾਨ।